ਸਤਸੰਗ ਜੀ, ਸੰਗੀਤ ਇੱਕ ਕੋਮਲ ਕਲਾ ਹੈ ਅਤੇ ਸੰਗੀਤ ਦੇ ਵਿੱਚ ਗਾਇਨ, ਵਾਦਨ ਅਤੇ ਨ੍ਰਿੱਤ ਤਿੰਨਾਂ ਦਾ ਹੀ ਸੁਮੇਲ ਹੁੰਦਾ। ਕਈ ਵਾਰੀ ਅਸੀਂ ਵੇਖਦੇ ਹਾਂ ਕਿ ਜਿਸ ਨੂੰ ਗਾਇਨ ਆਉਂਦਾ ਉਸ ਨੂੰ ਵਾਦਨ ਨਹੀਂ ਆਉਂਦਾ, ਜਿਸ ਨੂੰ ਵਾਦਨ ਆਉਂਦਾ ਉਸ ਨੂੰ ਗਾਇਨ ਨਹੀਂ ਆਉਂਦਾ, ਅਤੇ ਕਈ ਵਾਰੀ ਨ੍ਰਿੱਤ ਕਰਨ ਵਾਲਾ ਗਾਇਨ ਅਤੇ ਵਾਦਨ ਦੋਵੇਂ ਨਹੀਂ ਜਾਣਦਾ ਹੁੰਦਾ। ਪਰ ਜਿਸ ਨੂੰ ਗਾਇਨ ਦੇ ਨਾਲ ਨਾਲ ਵਾਦਨ ਵੀ ਆਉਂਦਾ ਅਤੇ ਗੱਲ ਸੋਨੇ ਅਤੇ ਸੁਹਾਗੇ ਵਾਲੀ ਹੋ ਜਾਂਦੀ ਹੈ। ਅਤੇ ਅੱਜ ਅਸੀਂ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਜਿਸ ਮਹਾਨ ਸ਼ਖਸੀਅਤ ਨੂੰ ਆਪ ਜੀ ਦੇ ਰੂਬਰੂ ਕਰ ਰਹੇ ਹਾਂ, ਜਿੱਥੇ ਉਹ ਸਾਰੰਗੀ ਦੇ ਮਹਾਨ ਉਸਤਾਦ ਨੇ, ਉੱਥੇ ਪੰਥ ਪ੍ਰਸਿੱਧ ਕੀਰਤਨੀਏ ਵੀ ਨੇ। ਅਤੇ ਮੈਂ ਹਾਂ ਤੁਹਾਡੇ ਨਾਲ ਵਰਿਆਮ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ, ਗੱਲਬਾਤ ਅਸੀਂ ਸ਼ੁਰੂ ਕਰਦੇ ਹਾਂ। ਇਸ ਸਾਜ਼ ਨੂੰ ਕਿਹਾ ਜਾਂਦਾ ਸਾਰੰਗੀ ਜੀ, ਇਹ ਨਾਮ ਕਿਵੇਂ ਪਿਆ ਅਤੇ ਇਹਦਾ ਪਿਛੋਕੜ ਕੀ ਹੈ ਸਾਜ਼ ਦਾ? ਜੀ, ਇਸ ਸਾਜ਼ ਦਾ ਜੋ ਪਿਛੋਕੜਾ ਭਾਈ ਸਾਹਿਬ, ਉਹ ਬਹੁਤ ਪੁਰਾਤਨ ਹੈ ਜੀ। ਜਦੋਂ ਮਹਿੰਜੋਦੜਾ, ਹੜੱਪਾ ਵਗੈਰਾ ਉਸ ਦੀਆਂ ਖੁਦਾਈਆਂ ਹੋਈਆਂ ਜੀ, ਉਹ ਖੁਦਾਈਆਂ ਦੇ ਵਿੱਚ ਗਜ ਨਾਲ ਵਜਾਉਣ ਵਾਲਾ ਸਾਜ਼ ਪ੍ਰਾਪਤ ਹੋਇਆ। ਉਹ ਜਿਹੜੇ ਸਾਜ਼ ਸੀ, ਉਹਨਾਂ ਸਾਜ਼ਾਂ ਦੇ ਵਿੱਚ ਸੁਰੰਗੀ ਦਾ ਵੀ ਜ਼ਿਕਰ ਹੈ, ਬਹੁਤ ਪੁਰਾਤਨ ਜ਼ਿਕਰ ਹੈ। ਸੋ ਉਸ ਵੇਲੇ ਇਹਨਾਂ ਸਾਜ਼ਾਂ ਦਾ ਨਾਂ ਜੋ ਸੁਰੰਗੀ ਨਹੀਂ ਸੀ, ਜਿੰਨੇ ਵੀ ਸਾਜ਼ ਵਜਾਏ ਜਾਣ ਵਾਲੇ ਸੀ ਉਹਨਾਂ ਦਾ ਨਾਂ ਵੀਣਾ ਸੀ, ਗਾਤਰ ਵੀਣਾ। ਮਨੁੱਖੀ ਸਰੀਰ ਨੂੰ ਕਹਿੰਦਾ, ਮਤਲਬ ਕਿ ਮਨੁੱਖੀ ਸਰੀਰ ਦਾ ਨਾਂ ਵੀ ਗਾਤਰ ਵੀਣਾ, ਸ਼ੁਸ਼ਰ ਵੀਣਾ, ਮੁੱਖ ਨਾਲ ਵਜਾਇਆ ਜਾਣ ਵਾਲਾ ਸਾਜ਼, ਚਾਹੇ ਗਜ ਨਾਲ ਵਜਾਏ ਜਾਣ ਵਾਲੇ, ਚਾਹੇ ਸਟਰੋਕ ਦੇ ਨਾਲ ਵਜਾਏ ਜਾਣ ਵਾਲੇ ਸਾਜ਼, ਉਹਨਾਂ ਨੂੰ ਵੀਣਾ ਹੀ ਕਿਹਾ ਜਾਂਦਾ ਸੀ। ਸੋ ਸੁਰੰਗੀ ਇਸ ਸਾਜ਼ ਦਾ ਨਾਮ ਇਸ ਤਰ੍ਹਾਂ ਪਿਆ ਕਿ ਪੁਰਾਤਨ ਸਮੇਂ ਦੇ ਵਿੱਚ ਜੋ ਰਬਾਬ ਵਗੈਰਾ ਸਾਜ਼, ਜੋ ਇਹ ਵੀ ਪੁਰਾਤਨ ਸੀ ਜੀ, ਹੈ ਨਾ, ਜੋ ਪੁਰਾਤਨ ਸਾਜ਼ ਸੀ, ਰਬਾਬ ਵਗੈਰਾ ਜੋ ਵੱਜਦੇ ਸੀ ਸਾਜ਼, ਜਾਂ ਵੀਣਾ ਸੀ, ਵੀਣਾ ਦੇ ਵਿੱਚ ਤਾਰ ਨੂੰ ਦਬਾ ਕੇ ਵਜਾਇਆ ਜਾਂਦਾ ਸੀ। ਤਾਰ ਨੂੰ ਦਬਾਉਣ ਦੇ ਨਾਲ ਜੋ ਉਹਦੇ ਵਿੱਚ ਐਕਚੁਅਲੀ ਜੋ ਗੱਲਬਾਤ ਹੋਣੀ ਚਾਹੀਦੀ ਸੀ ਉਹ ਨਹੀਂ ਹੁੰਦੀ ਸੀ, ਕਿਉਂਕਿ ਦਬ ਜਾਂਦਾ ਸੀ, ਤਾਰ ਦਬਦੀ ਸੀ, ਉਹਦੀ ਖੁੱਲ੍ਹ ਕੇ ਸਾਊਂਡ ਨਹੀਂ ਸੀ ਆਉਂਦੀ। ਇੱਕ ਸਮਾਂ ਇਸ ਤਰ੍ਹਾਂ ਦਾ ਆਇਆ ਜਦੋਂ ਸੁਰੰਗੀ ਸਾਜ਼ ਹੋਂਦ ਵਿੱਚ ਆਇਆ, ਉਹ ਸਾਜ਼ ਨੂੰ ਅਸੀਂ ਇਹਨਾਂ ਨੌਵਾਂ ਦੇ ਜ਼ਰੀਏ ਵਜਾਉਣ ਲੱਗੇ, ਉਲਟ ਨੌਵਾਂ ਦੇ ਜ਼ਰੀਏ, ਕਿਉਂਕਿ ਜਦੋਂ ਮਾਸ ਦੇ ਨਾਲ ਅਸੀਂ ਇਸ ਤਰ੍ਹਾਂ ਕਰਕੇ ਤਾਰ ਦੱਬਦੇ ਤਾਂ ਉਹ ਸਾਊਂਡ ਜਿਹੜੀ ਉਹ ਦੱਬਦੀ ਆ ਜੀ, ਅਤੇ ਜਦੋਂ ਅਸੀਂ ਨੌਵਾਂ ਉਲਟ ਨੌਵਾਂ ਦੇ ਨਾਲ ਵਜਾਉਂਦੇ ਹਾਂ ਸਾਜ਼ ਨੂੰ, ਅਤੇ ਸਾਊਂਡ ਜਿਹੜੀ ਤਰਬਾਂ ਦੀ ਖੁੱਲ੍ਹ ਜਾਂਦੀ ਆ। ਉਹਨਾਂ ਸਾਜ਼ਾਂ ਦੇ ਵਿੱਚ ਇਸ ਤਰ੍ਹਾਂ ਦਾ ਜੋ ਸਕੋਪ ਨਹੀਂ ਸੀ ਕਿ ਜਿਹਦੇ ਵਿੱਚ ਖਟਕਾ, ਝਟਕਾ, ਮੀਂਡ, ਗਮਕ, ਸੂਤ, ਗਸੀਟ ਜੀ, ਹੈ ਨਾ, ਕਿਆ ਬਾਤ, ਇਸ ਤਰ੍ਹਾਂ ਦੀਆਂ ਜਿਹੜੀਆਂ ਤਾਨਾਂ ਉਹ ਲਈਆਂ ਜਾਣ। ਜਿਸ ਸਮੇਂ ਜੋ ਸੁਰੰਗੀ ਇਸ ਤਰ੍ਹਾਂ ਵਜਾਏ ਜਾਣ ਵਾਲਾ ਸਾਜ਼ ਪੈਦਾ ਹੋਇਆ, ਉਹੀ ਵੀਣਾ, ਹਾਂਜੀ, ਉਹੀ ਜਿਹੜੀ ਪਨਾਕੀ ਵੀਣਾ, ਘੋਸ਼ਾ ਵੀਣਾ, ਘੋਸ਼ਕ ਵੀਣਾ, ਹੈ ਦੰਡੀ ਵੀਣਾ, ਇਹ ਸਾਰੇ ਨਾਮ ਸੀ, ਇਹ ਸੁਰੰਗੀ ਦੇ ਬਿਲਕੁਲ ਨੇੜੇ ਨੇੜੇ ਸਾਜ਼ ਸੀ। ਸੋ ਜਿਹੜਾ ਇਹਦੇ ਬਿਲਕੁਲ ਨੇੜੇ ਦਾ ਸਾਜ਼ ਹੈ ਉਹ ਹੈ ਪਿਨਾਕੀ ਵੀਣਾ। ਠੀਕ ਹੈ ਜੀ। ਪਿਨਾਕ ਗਜ ਨੂੰ ਕਿਹਾ ਜਾਂਦਾ। ਠੀਕ ਹੈ ਜੀ। ਸ਼ਿਵ ਧਨੁਸ਼ ਦਾ ਨਾਂ ਪਿਨਾਕ ਉਹਨਾਂ ਨੂੰ ਕਿਹਾ ਜਾਂਦਾ। ਉਹਦੇ ਧਨੁਸ਼ ਦੇ ਟੈਪ ਜਿਹੜਾ ਇਹ ਵਜਾਇਆ ਜਾਣ ਵਾਲਾ ਸਾਜ਼, ਉਸਨੂੰ ਪਿਨਾਕੀ ਵੀਣਾ ਕਿਹਾ ਜਾਂਦਾ ਸੀ। ਉਹ ਪਹਿਲਾਂ ਇਹ ਸਾਜ਼ ਦੇ ਜਿਹੜੇ ਪਿਨਾਕੀ ਵੀਣਾ ਸੀ ਉਹਦੇ ਇੱਥੇ ਤੂੰਬਾ ਲੱਗਦਾ ਸੀ, ਇਸੇ ਤਰ੍ਹਾਂ ਹੀ ਵੱਜਦਾ, ਇਸੇ ਤਰ੍ਹਾਂ ਹੀ ਸੀ ਕੰਧੇ ਨਾਲ ਲਾ ਕੇ ਜੀ। ਲੇਕਿਨ ਸਮਾਂ ਬਦਲਿਆ ਜੀ ਜੀ, ਹੌਲੀ ਹੌਲੀ ਚੇਂਜ ਹਰ ਚੀਜ਼ ਦੇ ਵਿੱਚ ਆਉਂਦੀ ਹੈ। ਤੁਸੀਂ ਦੇਖੋ, ਪਹਿਲਾਂ ਇਹ ਤੂੰਬਾ ਸੀ, ਇੱਕ ਤੂੰਬਾ ਬੈਗ 'ਤੇ ਸੀ। ਠੀਕ ਹੈ ਜੀ। ਪਰ ਜਦੋਂ ਇਹ ਖੋਲ ਸੁਰੰਗੀ ਦਾ ਬਣਿਆ, ਇਹ ਇੱਥੋਂ ਖਾਲੀ ਹੋਊਗਾ ਔਰ ਇਹਦਾ ਇਹ ਚੀਜ਼ ਖਾਲੀ ਹੋ ਗਈ ਜੀ, ਇਹ ਚੀਜ਼ ਜੀ, ਇਹ ਤੂੰਬੇ ਦੀ ਜਗ੍ਹਾ ਇਹ ਚੀਜ਼ ਬਣ ਗਈ। ਤਾਂ ਇਹ ਸਾਜ਼ ਦੇ ਵਿੱਚ ਚੇਂਜ ਹੋ ਕੇ ਇਹ ਸਾਜ਼
ਦੇ ਵਿੱਚ ਹਰ ਇੱਕ ਚੀਜ਼ ਜੋ ਵੱਜਣ ਕਰਕੇ ਕਿ ਹਰ ਚੀਜ਼ ਇਹਦੇ ਵਿੱਚ ਵੱਜਦੀ, ਭਾਵ ਜਿਹੜਾ ਗਲਾ ਜੋ ਆਦਮੀ ਦਾ ਗਲਾ ਹੈ ਜੋ ਗਲਾ ਕਹਿੰਦਾ ਹੈ ਉਹੀ ਚੀਜ਼ ਇਹ ਇਸ ਚੀਜ਼ ਕਹਿ ਸਕਦੀ ਹੈ। ਕੀ ਬਾਤ ਹੈ, ਉਹੀ ਇਹ ਇਹਦੀ ਆਵਾਜ਼ ਉਦਾਂ ਦੀ ਆ ਸਕਦੀ। ਹਾਂਜੀ, ਕਿ ਹਰ ਇੱਕ ਬੋਲ, ਹਰ ਇੱਕ ਚੀਜ਼ ਜੋ ਗਲਾ ਕਹਿ ਸਕਦਾ, ਗਲੇ ਦੇ ਬਹੁਤ ਕਲੋਜ਼ ਹੋਣ ਕਰਕੇ। ਵਾਹ ਵਾਹ, ਕਿ 100 ਰੰਗ ਯਾਰ ਇਹਦੇ ਵਿੱਚ ਤਾਂ ਯਾਰ ਸਾਰੇ ਗੁਣੀ ਜਨਾਂ ਨੇ ਫਿਰ ਇਹਦਾ ਨਾਂ ਕਿਆ ਬਾਤ ਉਸ ਵੀਣਾ ਤੋਂ 100 ਰੰਗੀ ਰੱਖ ਦਿੱਤਾ ਕਿ ਯਾਰ ਹਰ ਤਰ੍ਹਾਂ ਦਾ ਕੋਈ ਵੀ ਐਸੀ ਗੱਲ ਨਹੀਂ ਹੈ ਕਿ ਜੋ ਨਹੀਂ ਹੋ ਸਕਦੇ। ਵਾਹ ਵਾਹ, ਲੇਕਿਨ ਵਾਦਕ ਹੋਵੇ, ਅੱਛੀ ਗੁਰੂ ਦੀ ਚਰਨ ਸ਼ਰਨ ਤੋਂ ਸਿੱਖਿਆ ਬੱਚਾ ਹੋਵੇ, ਦੱਬ ਕੇ ਮਿਹਨਤ ਕੀਤੀ ਹੋਵੇ, ਦੱਬ ਕੇ ਮਿਹਨਤ ਸਾਧਨਾ ਕੀਤੀ ਹੋਵੇ, ਹਾਂਜੀ, ਤੇ ਉਹ ਇਹ ਚੀਜ਼ ਨੂੰ ਸਾਧਨ ਉਹੀ ਇਸ ਨੂੰ ਵਜਾ ਸਕਦਾ। ਸੋ ਇਹਦੇ ਵਿੱਚ ਹਰ ਚੀਜ਼ ਵਜਨ ਦੇ ਕਰਕੇ ਇੰਡੀਅਨ ਕਲਾਸੀਕਲ ਮਿਊਜ਼ਿਕ ਆ, ਚਾਹੇ ਫੋਕ ਆ, ਚਾਹੇ ਲਾਈਟ ਗੀਤ ਗਜ਼ਲ ਸ਼ਬਦ ਭਜਨ ਠੁਮਰੀ ਦਾਦਰਾ ਚੇਤੀ ਕਜਰੀ ਹੈ, ਕੋਈ ਵੀ ਭਾਵ ਗਾਣੇ ਦੇ ਵਿੱਚ ਕੋਈ ਸ਼ੈਲੀ ਆ, ਉਹ ਹਰ ਇਸ ਦੇ ਵਿੱਚ ਵਜਨ ਕਰਕੇ ਇਹਦਾ ਨਾਂ 100 ਰੰਗੀ ਰੱਖਿਆ ਗਿਆ ਗੁਣੀ ਜਨਾਂ ਦੁਆਰਾ। ਕੀ ਬਾਤ ਹੈ। ਅੱਛਾ ਭਾਈ ਸਾਹਿਬ, ਘਰ ਸਾਰੇ ਇੱਕੋ ਜਿਹੇ ਹੁੰਦੇ ਆ ਜੀ, ਪਰ ਜਿੱਥੇ ਮੈਨੂੰ ਪਤਾ ਲੱਗਿਆ ਕਿ ਆਪ ਜੀ ਦੀ ਪਰਵਰਿਸ਼ ਹੋਈ ਉੱਥੇ ਸੰਗੀਤਕ ਮਾਹੌਲ ਸੀ ਜੀ, ਇੱਕ ਸਧਾਰਨ ਘਰ ਦੇ ਵਿੱਚ ਔਰ ਇੱਕ ਜਿੱਥੇ ਸੰਗੀਤਕ ਮਾਹੌਲ ਹੁੰਦਾ, ਉਹਦੇ ਵਿੱਚ ਕੀ ਅੰਤਰ ਸਮਝਦੇ ਹੋ ਤੁਸੀਂ, ਕਿਹੋ ਜਿਹਾ ਮਾਹੌਲ ਹੁੰਦਾ ਉਹ ਸਾਰਾ? ਦੇਖੋ ਜੀ, ਇੱਕ ਤਾਂ ਤੁਹਾਨੂੰ ਗਹਿਣਾ ਘੜਿਆ ਘੜਾਇਆ ਮਿਲ ਜਾਂਦਾ। ਵਾਹ ਵਾਹ, ਹੈ ਨਾ। ਤੋ ਇੱਕ ਉਹਦੀ ਘਾਟ ਕਰਨ ਵਾਸਤੇ ਸਾਨੂੰ ਮਿਹਨਤ ਕਰਾਉਣੀ ਪੈਂਦੀ ਜੀ। ਬਿਲਕੁਲ, ਸਾਡਾ ਜੋ ਪਰਿਵਾਰ ਸੀ ਪਿਛੋਕੜ ਦੇ ਵਿੱਚ, ਮੇਰੇ ਪਿਤਾ ਜੀ ਇੱਕ ਤਾਂ ਲਿਖਾਰੀ ਬਹੁਤ ਅੱਛੇ ਸੀ ਜੀ, ਔਰ ਇਸ ਤੋਂ ਇਲਾਵਾ ਕੀਰਤਨੀਆਂ ਸੀ, ਗੁਰੂ ਘਰ ਦੇ ਕੀਰਤਨੀਆਂ ਸੀ। ਮੇਰੇ ਪਿਤਾ ਜੀ ਸਰਦਾਰ ਹਰਚੰਦ ਸਿੰਘ ਜੀ, ਮੇਰੇ ਤਾਇਆ ਜੀ ਸੀ ਪ੍ਰੀਤਮ ਸਿੰਘ ਜੀ ਬਲਵੰਤ ਸਿੰਘ, ਇਹ ਕੀਰਤਨੇ ਸੀ ਗੁਰੂ ਘਰ ਦੇ, ਬਹੁਤ ਅੱਛੇ ਲੋਕਾਂ ਦੁਆਰਾ ਸਿੱਖੇ ਹੋਏ ਸੀ। ਘਰ ਦੇ ਵਿੱਚ ਮਾਹੌਲ ਕੀਰਤਨ ਦਾ ਹੀ ਸੀ, ਜਿਸ ਕਰਕੇ ਬਚਪਨੇ ਤੋਂ ਹੀ ਸਾਨੂੰ ਉਸ ਤਰ੍ਹਾਂ ਸੰਗੀਤ ਦਾ ਮਾਹੌਲ ਮਿਲਿਆ। ਇਸ ਤੋਂ ਇਲਾਵਾ ਜਿਹੜੇ ਮੇਰੇ ਪਿਤਾ ਜੀ ਦੇ ਨਾਨਕੇ ਸੀ ਭਾਈ ਕੀ ਸਮਾਧ ਜੀ, ਅਜੈਬ ਸਿੰਘ ਗੁਰਦਿਆਲ ਸਿੰਘ, ਪ੍ਰਸਿੱਧ ਰਾਗੀ ਸੀ, ਪ੍ਰਸਿੱਧ ਕੀਰਤਨੇ ਸੀ, ਔਰ ਭੈਣੀ ਸਾਹਿਬ ਦੇ ਦਰਬਾਰ ਦੇ ਵਿੱਚ ਉਹਨਾਂ ਨੇ ਬਹੁਤ ਲੰਮਾ ਸਮਾਂ ਕੀਰਤਨ ਕੀਤਾ। ਸਾਨੂੰ ਪਿਛੋਕੜ ਦੇ ਵਿੱਚ ਹੀ ਇਹ ਕੀਰਤਨ ਜੋ ਪ੍ਰਾਪਤ ਹੋਇਆ, ਜਿਸ ਕਰਕੇ ਮਿਹਨਤ ਤਾਂ ਕਰਨੀ ਪੈਂਦੀ ਹੈ, ਕਿਉਂਕਿ ਉਸ ਵੇਲੇ ਜੋ ਸਾਜ਼ ਸੀ ਉਹ ਹਾਰਮੋਨੀਅਮ ਵਗੈਰਾ ਦਾ ਕਰਦੇ ਸੀ, ਹੈ ਨਾ, ਜ਼ਿਆਦਾਤਰ ਹਾਰਮੋਨੀਅਮ ਵਗੈਰਾ ਦਾ ਸੀ ਪ੍ਰਚਲਨ। ਜਦੋਂ ਮੈਂ ਸਰੰਗੀ ਚੱਕੀ ਤਾਂ ਫਿਰ ਮੈਨੂੰ ਇਹਦੇ 'ਤੇ ਮਿਹਨਤ ਕਰਨੀ। ਪਿਤਾ ਜੀ ਹੁਣੀ ਵੀ ਸਰੰਗੀ ਜਾਂ ਤੰਤੀ ਸਾਜ਼ ਕੋਈ ਵਰਤਦੇ ਸਨ, ਵਜਾਉਂਦੇ ਸਨ ਕਿ ਨਹੀਂ? ਪਿਤਾ ਜੀ ਹਾਰਮੋਨੀਅਮ ਔਰ ਬੈਂਜੋ ਦੇ ਬਹੁਤ ਅੱਛੇ ਮਾਰ ਸੀ। ਠੀਕ ਹੈ ਜੀ, ਬਹੁਤ ਬਿਹਤਰ। ਔਰ ਜਦੋਂ ਮੈਨੂੰ ਰਿਆਜ਼ ਕਰਾਉਣਾ ਉਹਨਾਂ ਨੇ ਨਾਲ ਲੈ ਕੇ ਬੈਠ ਜਾਣਾ, ਔਰ ਮੈਂ ਇਸ ਸਾਜ਼ ਨੂੰ ਫਿਰ ਉਹਨਾਂ ਦੇ ਨਾਲ ਨਾਲ ਵਜਾਉਂਦਾ, ਹੌਲੀ ਹੌਲੀ ਵਜਾਉਂਦੇ। ਅਤੇ ਆਪ ਜੀ ਹੀ ਘਰ ਦੇ ਵਿੱਚ ਸਰੰਗੀ ਵਜਾਉਂਦੇ ਸੀ ਜਾਂ ਤੁਹਾਡੇ ਹੋਰ ਵੀ ਕੋਈ ਭਾਈ ਜਾਂ ਰਿਸ਼ਤੇਦਾਰੀ ਦੇ ਵਿੱਚ ਕੋਈ ਹੋਰ ਵੀ ਸਰੰਗੀ? ਨਹੀਂ ਜੀ, ਹੋਰ ਕੋਈ ਸਰੰਗੀ ਨਹੀਂ ਸੀ ਵਜਾਉਂਦਾ। ਮੈਂ ਤੁਹਾਨੂੰ ਬੜਾ ਅਚੰਭਾ ਹੋਏਗਾ ਕਿ ਹਿੰਦੁਸਤਾਨ ਦੇ ਵਿੱਚ ਮੈਂ ਪਹਿਲਾ ਸਿੱਖ ਸਰੰਗੀ ਵਾਦਕ ਹਾਂ ਜੀ, ਜਿਸ ਨੇ MA ਇੰਸਟਰੂਮੈਂਟ ਸਰੰਗੀ ਦੇ ਵਿੱਚ ਕੀਤੀ। ਕੀ ਬਾਤ ਹੈ, ਕੀ ਬਾਤ। ਕਾਲਜ ਆਫ ਫਾਈਨ ਆਰਟਸ ਜਲੰਧਰ ਤੋਂ ਜੀ ਪਹਿਲੀ ਦਫ਼ਾ ਮੈਂ ਇੰਸਟਰੂਮੈਂਟ ਸਰੰਗੀ ਦੇ ਨਾਲ MA ਮਿਊਜ਼ਿਕ ਦੀ ਕੀਤੀ, ਔਰ ਇਸ ਸਾਜ਼ ਨੂੰ ਪੰਜਾਬ ਦੇ ਵਿੱਚ ਮਾਲਕ ਦੀ ਕਿਰਪਾ ਦੇ ਨਾਲ, ਸਤਿਗੁਰੂ ਜੀ ਦੀ, ਇਸ ਸਾਜ਼ ਨੂੰ ਪੰਜਾਬ ਦੇ ਵਿੱਚ ਮੈਂ ਲੈ ਕੇ ਆਇਆ, ਔਰ ਅੱਜ ਦੇਖੋ ਕਿ ਅੱਜ ਮੇਰੇ ਕਿੰਨੇ ਅਨੇਕਾਂ ਸ਼ਾਗਿਰਦ ਜੋ ਪੰਜਾਬ ਦੇ ਵਿੱਚ, ਪੰਜਾਬ 'ਚ ਨੇ, ਪੰਜਾਬ ਤੋਂ ਬਾਹਰ ਨੇ, ਪੰਜਾਬ ਤੋਂ ਬਾਹਰ ਵੀ ਹੈ ਜੀ। ਬਿਲਕੁਲ। ਅੱਛਾ ਭਾਈ ਸਾਹਿਬ, ਕੀ ਸਰੰਗੀ ਦਾ ਇੱਕ ਅਜਿਹਾ ਹੀ ਸਰੂਪ ਹੁੰਦਾ ਹੈ ਜਾਂ ਵੱਖ ਵੱਖ ਸਰੂਪ ਹੁੰਦੇ ਨੇ? ਕਿਉਂਕਿ ਸਰੰਗੀ ਦੇ ਬਹੁਤ ਰੂਪ ਆ, 6-7 ਤਰ੍ਹਾਂ ਦੀ ਸਰੰਗੀ ਆ ਜੀ। ਜਿਹੜੇ ਬਾਕੀ ਰੂਪ ਹੈ ਸਰੰਗੀ ਦੇ, ਉਹ ਜਿਹੜੇ ਸਾਰੇ ਫੋਕ ਦੇ ਨਾਲ ਸੰਬੰਧਿਤ ਆ। ਠੀਕ ਹੈ। ਸਿੰਧੀ ਸਰੰਗੀ, ਜੋਗੀਆ ਸਰੰਗੀ, ਛੋਟਾ ਸਰੰਗੀ, ਚੂੰਡੇ ਵਾਲੀ ਸਰੰਗੀ, ਇਹ ਜਿਹੜੇ ਸਾਜ਼ ਸੀ ਇਹ ਸਾਰੇ ਫੋਕ ਦੇ ਨਾਲ ਵੱਜਣ ਵਾਲੇ ਸੀ। ਅਲਾਬੂ ਸਰੰਗੀ ਜਿਹੜੀ ਇਹ ਸਾਜ਼ ਆ, ਇਹ ਅਲਾਬੂ ਸਰੰਗੀ ਦੇ ਬਹੁਤ ਨੇੜੇ ਦਾ ਸਾਜ਼ ਹੈ। ਆਮ ਭਾਸ਼ਾ ਦੇ ਵਿੱਚ 2.5 ਪਸਲੀ ਦਾ ਸਾਜ਼ ਵੀ ਕਿਹਾ ਜਾਂਦਾ। ਠੀਕ ਹੈ। ਹਾਂਜੀ, ਸ਼ਾਸਤਰੀ ਸਰੰਗੀ, ਕਲਾਸੀਕਲ ਸ਼ਾਸਤਰੀ ਸਰੰਗੀ। ਜਿਹੜੇ ਬਾਕੀ ਦੇ ਸਾਜ਼ ਸੀ, ਉਹ ਜਿਹੜੇ ਟੂਟੇ ਵਾਲੇ ਸਾਜ਼ ਸੀ, ਉਹ ਢਾਡੀ ਸਿੰਘ ਅੱਜ ਕੱਲ੍ਹ
ਉਹਦੇ ਨਾਲ ਵਾਰ ਗਾਇਨ ਕਰਦੇ ਆ ਜੀ। ਜਿਹੜੇ ਪੁਰਾਤਨ ਚੂੰਡੇ ਵਾਲੇ ਟੋਟੇ ਹੁੰਦੇ ਸੀ ਜਿਨ੍ਹਾਂ ਦੇ ਉੱਤੇ ਛੋਟਾ ਬਹੁਤ ਇਸ ਤੋਂ ਬਹੁਤ ਛੋਟੀ ਹੁੰਦੀ ਆ ਬਿਲਕੁਲ, ਔਰ ਉਹਦੇ ਉੱਤੇ ਇੱਕ ਫੁੱਲ ਟਾਈਪ ਲੱਕੜ ਦਾ ਬਣਿਆ ਹੁੰਦਾ ਫੁੱਲ ਜਿਹਾ ਜੀ, ਉਹ ਪੁਰਾਤਨ ਜਿਹੜੇ ਲੋਕ ਗਾਇਕ ਸੀ ਉਹ ਘੁੰਮ ਫਿਰ ਕੇ ਗਾਉਂਦੇ ਹੁੰਦੇ ਸੀ ਵਾਰਾਂ ਪਿੰਡਾਂ ਦੇ ਵਿੱਚ, ਪਿੰਡਾਂ ਦੇ ਵਿੱਚ ਮੇਲੇ, ਹਾਂਜੀ ਹਾਂਜੀ ਹਾਂਜੀ, ਸੱਥਾਂ ਦੇ ਵਿੱਚ ਗਾਉਣਾ, ਪਿੰਡਾਂ ਦੇ ਵਿੱਚ ਗਾਉਣਾ, ਉਹਨਾਂ ਦੇ ਨਾਲ ਉਹਨਾਂ ਨੇ ਕਲੀਆਂ ਗਾਉਣਾ, ਪੁਰਾਤਨ ਕਲੀਆਂ, ਸੋ ਉਹ ਜ਼ਿਆਦਾ ਉਹ ਇਸਤੇਮਾਲ ਕਰਦੇ ਸੀ। ਇਸ ਤਰ੍ਹਾਂ ਹਰਿਆਣੇ ਦੇ ਵਿੱਚ ਲੋਕ ਆ, ਰਾਜਸਥਾਨ ਦੇ ਵਿੱਚ ਲੋਕ ਆ, ਇਸ ਤਰ੍ਹਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਸੁਰੰਗੀਆਂ ਉਹ ਪ੍ਰਚਲਨ ਦੇ ਵਿੱਚ ਆ। ਠੀਕ ਹੈ ਭਾਈ ਸਾਹਿਬ, ਅਸੀਂ ਇਸੇ ਤਰ੍ਹਾਂ ਗੱਲਬਾਤ ਜਾਰੀ ਰੱਖਾਂਗੇ, ਔਰ ਅਸੀਂ ਚਾਹੁੰਦੇ ਹਾਂ ਤੁਸੀਂ ਇੱਕ ਸ਼ਬਦ ਦੇ ਨਾਲ ਸਾਨੂੰ ਜ਼ਰੂਰ ਨਿਹਾਲ ਕਰੋ। ਸ਼੍ਰੀ ਰਾਮ ਮਹਲਾ ਪਹਿਲਾ, ਘਰ ਦੂਜਾ ਰੰਗ ਰਤਾ ਮੇਰਾ ਸਾਹਿਬ, ਰੰਗ ਰਤਾ ਮੇਰਾ ਸਾਹਿਬ, ਮੇਰਾ ਸਾਹਿਬ ਰਾਵ ਰਹਿਆ ਭਰਪੂਰ, ਰਾਵ ਰਹਿਆ ਭਰਪੂਰ, ਰੰਗ ਰਤਾ ਮੇਰਾ ਸਾਹਿਬ, ਰੰਗ ਰਤਾ ਮੇਰਾ ਸਾਹਿਬ। ਵਾਹ ਜੀ ਵਾਹ, ਕੀ ਬਾਤ ਹੈ ਭਾਈ ਸਾਹਿਬ ਜੀ, ਸੱਚਮੁੱਚ ਬਹੁਤ ਆਨੰਦ ਆਇਆ, ਬਹੁਤ ਆਨੰਦ ਆਇਆ। ਅੱਛਾ ਭਾਈ ਸਾਹਿਬ, ਸ਼ੁਰੂਆਤ ਫਿਰ ਕਦੋਂ ਹੋਈ ਇਸ ਖੇਤਰ ਦੇ ਵਿੱਚ ਆਉਣ ਦੀ, ਤਾਲੀਮ ਕਦੋਂ ਸ਼ੁਰੂ ਕੀਤੀ ਤੁਸੀਂ ਸਾਰੰਗੀ ਦੀ? ਕਿਉਂਕਿ ਸੌਖਾ ਜਿਹਾ ਕੰਮ ਹੈ ਹਾਰਮੋਨੀਅਮ ਸਿੱਖਣਾ, ਸਿੱਖ ਸਕਦੇ ਸੀ, ਇੰਨਾ ਵਿਲੱਖਣ ਹੈ ਇਹ, ਇੰਨਾ ਔਖਾ ਹੈ, ਇੰਨੀ ਸਾਧਨਾ ਮੰਗਦਾ ਹੈ, ਅਤੇ ਇਹਨੂੰ ਹੀ ਕਿਉਂ ਚੁਣਿਆ ਤੁਸੀਂ? ਦੇਖੋ ਜੀ, ਅਸਲ ਵਿੱਚ ਮੈਂ ਬਚਪਨ ਦੇ ਵਿੱਚ ਜੀ ਜਦੋਂ ਲਗਭਗ 6 ਸਾਲ ਦਾ ਸੀ, 6-7 ਸਾਲ ਦਾ, ਸਾਡੇ ਸ਼੍ਰੀ ਮੁਕਤਸਰ ਸਾਹਿਬ ਦਰਬਾਰ ਸਾਹਿਬ ਦੇ ਵਿੱਚ ਮੈਂ ਜਾ ਕੇ ਅਤੇ ਢਾਡੀ ਸਿੰਘ ਲੱਗੇ ਹੁੰਦੇ ਸੀ। ਅੱਛਾ ਜੀ। ਉਹਨਾਂ ਨੇ ਜਦੋਂ ਸੁਰੰਗੀ, ਛੋਟੀ ਸੁਰੰਗੀ ਵਜਾ ਕੇ ਵਾਰ ਗਾਇਨ ਕਰਨਾ, ਅਤੇ ਮੈਂ ਬਿਲਕੁਲ ਮੂਹਰੇ ਜਾ ਕੇ ਬੈਠ ਜਾਣਾ, ਔਰ ਮੈਂ ਦੇਖਦਾ ਰਹਿਣਾ। ਮੈਂ ਕਹਿੰਦਾ ਯਾਰ ਦੇਖੋ ਕਿ ਇਹਨੇ ਛੋਟੀ ਜਿਹੀ ਉਹ ਚੱਕੀ 'ਤੇ ਐਂ ਕਰਕੇ ਫੇਰੀ ਜਾਂਦੇ ਕੁਛ, ਅਤੇ ਗਾਣੇ ਕਰਦੀ ਹੈ। ਅਤੇ ਮੈਂ ਆਪਣੇ ਘਰ ਆਇਆ, ਘਰ ਆ ਕੇ ਮੈਂ ਪਿਤਾ ਜੀ ਨੂੰ ਦੱਸਿਆ, ਮੈਂ ਪਿਤਾ ਜੀ ਐਂ ਕਰਕੇ ਉੱਥੇ ਨਾ ਜਿਹੜੇ ਗਾਇਨ ਕਰਦੇ ਆ ਵਾਰ ਗਾਇਨ, ਢਾਡੀ ਕਹਿੰਦੇ ਉਹਨਾਂ ਨੂੰ, ਤਾਂ ਢਾਡੀ ਸਿੰਘ ਜਦੋਂ ਉਹ ਗਾਉਂਦੇ ਆ ਨਾਲ ਤਰਜਾ ਵੀ ਕੱਢਦੇ, ਮੈਂ ਤਾਂ ਮੈਨੂੰ ਪਿਤਾ ਜੀ ਕਹਿਣ ਲੱਗੇ ਕਿ ਤੁਸੀਂ ਵੀ ਕਰੋਗੇ, ਵਜਾਓਗੇ ਉਹ ਸਾਜ਼? ਅਤੇ ਮੈਂ ਜੀ ਜੇ ਮੈਨੂੰ ਵੀ ਮਿਲ ਜੇ ਤਾਂ ਬੜੀ ਵਧੀਆ ਗੱਲ ਆ। ਜੀ ਜੀ ਜੀ। ਕੁਦਰਤੀ 1966 ਦੀ ਗੱਲ ਆ ਇਹ। ਅੱਛਾ ਜੀ। 1966 ਦੇ ਵਿੱਚ ਸਾਡੇ ਫਲੱਡ ਆਇਆ ਮੁਕਤਸਰ ਸਾਹਿਬ ਦੇ ਵਿੱਚ, ਬਹੁਤ ਖਤਰਨਾਕ। ਅੱਛਾ ਜੀ। ਸੋ ਉਸ ਵੇਲੇ ਸਾਡਾ ਦਰਵਾਜ਼ਾ ਹੁੰਦਾ ਸੀ ਮੇਨ ਰੋਡ ਦੇ ਉੱਤੇ, ਘਰ ਘੁਰ ਸਾਰੇ ਲੋਕਾਂ ਦੇ ਢਹਿ ਗਏ ਸੀ, ਕਿਸੇ ਘਰ ਦੇ ਵਿੱਚ ਉਹਨਾਂ ਰਬਾਬ, ਇੱਕ ਛੋਟਾ ਜਿਹਾ ਰਬਾਬ ਸਾਡੇ ਉਲਟਾ ਇਸ ਤਰ੍ਹਾਂ ਪਾਣੀ ਦੇ ਵਿੱਚ ਪਿਆ। ਅੱਛਾ ਜੀ। ਹਾਂਜੀ। ਅਤੇ ਮੈਂ, ਮੇਰੇ ਬਾਬਾ ਜੀ ਨੇ ਮੈਨੂੰ ਚੱਕਿਆ ਸੀ, ਗ੍ਰੈਂਡ ਫਾਦਰ ਸਾਡੇ ਜੀ ਜੀ, ਉਹਨਾਂ ਨੇ ਮੈਨੂੰ ਚੱਕਿਆ ਸੀ, ਅਤੇ ਮੈਂ ਕਿਹਾ ਬਾਬਾ ਜੀ ਉਹ ਪਤਾ ਨਹੀਂ ਕੀ ਚੀਜ਼ ਆ, ਦੇਖਿਓ। ਉਹਨਾਂ ਨੇ ਜਦੋਂ ਮੈਨੂੰ ਕਿਹਾ ਕਿ, ਜਦੋਂ ਉਹਨਾਂ ਨੇ ਦੇਖਿਆ ਨਾ, ਅਤੇ ਫਿਰ ਥੋੜ੍ਹਾ ਜਿਹਾ ਝੁੱਕ ਕੇ ਉਹ ਚੀਜ਼ ਚੱਕੀ, ਅਤੇ ਕਹਿਣ ਲੱਗੇ ਇਹ ਤਾਂ ਪੂਤ ਸਾਜ਼ ਆ, ਪੂਤ ਕਹਿੰਦੇ ਹੁੰਦੇ ਸੀ, ਜਾਂ ਮੈਨੂੰ ਸਮੁੰਦਰ ਕਹਿੰਦੇ ਹੁੰਦੇ ਸੀ। ਵਾਹ 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 ਵਾਹ। ਹਾਂ, ਪੂਤ ਇਹ ਸਾਜ਼ ਆ, ਰਬਾਬ ਆ। ਹਾਂਜੀ। ਉਹ ਕੁਦਰਤੀ ਉਸ ਵੇਲੇ ਮੇਰੀ ਉਮਰ 6-7 ਸਾਲ ਦੀ ਸੀ, ਫਲੱਡ ਜਦੋਂ ਫਿਰ ਡਾਊਨ ਹੋਇਆ,
ਗੁਰਦੁਆਰਾ ਸਾਹਿਬ 'ਚ ਜਾਣਾ ਉਹਨਾਂ ਸ਼ੁਰੂ ਕੀਤਾ ਅਤੇ ਫਿਰ ਉਹ ਸਾਡੇ ਘਰ ਪਿਆ ਸੀ ਸਾਜ਼, ਮੇਰੇ ਪਿਤਾ ਜੀ ਨੇ ਫਿਰ ਉਹਦੇ 'ਚ ਮੈਨੂੰ ਤਾਰਾਂ ਪਾ ਕੇ ਦਿੱਤੀਆਂ ਪਹਿਲੀ ਵਾਰ, ਅਤੇ ਸਾਡੇ ਤੂਤ ਸੀ ਘਰ ਦੇ ਵਿੱਚ, ਉਹਦਾ ਇੱਕ ਗਜ ਕੱਟ ਕੇ ਅਤੇ ਗਜ ਬਣਾ ਕੇ ਲੱਕੜ ਦਾ ਕੱਟ ਕੇ ਸਬੱਬ ਵੀ ਕਿਵੇਂ ਬਣਿਆ ਉਹ ਪਹਿਲੀ ਵਾਰੀ ਉਹ ਰਬਾਬ ਸਾਡੇ ਘਰੋਂ ਇੱਕ ਤਰ੍ਹਾਂ ਨਾ, ਫਿਰ ਸਾਡੇ ਵੱਡੇ ਭੈਣ ਜੀ ਸੀ ਉਹ ਲੈ ਗਏ ਸੀ ਕਿ ਚਲੋ ਤੁਹਾਡਾ ਭਾਂਜਾ ਉਹ ਵਜਾ ਲਿਆ ਕਰੂਗਾ, ਉਹ ਸਾਡੇ ਘਰੋਂ ਲੈ ਗਏ, ਮੁੜ ਕੇ ਗਾਇਬ ਹੀ ਹੋ ਗਈ ਹਾਂਜੀ। ਅਤੇ ਮੈਂ ਸ਼ੁਰੂਆਤ ਉੱਥੋਂ ਕੀਤੀ, ਠੀਕ ਹੈ ਜੀ। ਫਿਰ ਹੌਲੀ ਹੌਲੀ ਮੈਂ ਸਕੂਲ ਦੇ ਵਿੱਚ ਆਇਆ, ਸਕੂਲ ਦੇ ਵਿੱਚੋਂ ਕਾਲਜ ਦੇ ਵਿੱਚ ਆਇਆ, ਉੱਥੇ ਮੈਂ ਪ੍ਰਥਮ ਸਤਾਰ ਚੁਣੀ, ਪਹਿਲੇ ਸਤਾਰ ਮੈਂ ਵਜਾਉਂਦਾ ਸੀ। ਸਾਡੇ ਪ੍ਰਿੰਸੀਪਲ ਬਹੁਗੁਣਾ ਸਾਹਿਬ ਹੁੰਦੇ ਗੌਰਮੈਂਟ ਕਾਲਜ ਦੇ, ਉਹ ਕਹਿਣ ਲੱਗੇ ਬੇਟੇ ਅੱਛੇ ਕਾਲਜ ਵਿੱਚ ਜਾ ਕੇ ਐੱਮ ਏ ਕਰ, ਮਿਊਜ਼ ਕਾਲਜ ਵਿੱਚ ਕਿਤੇ ਲੈਕਚਰਰ ਲੱਗ ਜਾਏਗਾ ਬੜਾ ਅੱਛਾ। ਅਤੇ ਉਹਨਾਂ ਦੀ ਗਾਈਡੈਂਸ ਦੇ ਨਾਲ ਮੈਂ ਅਸੀਂ ਫਿਰ ਜਲੰਧਰ ਆ ਗਏ। ਅੱਛਾ, ਮੈਂ ਚਾਹੁੰਦਾ ਫਿਰ ਤੁਸੀਂ ਸਾਨੂੰ ਕੋਈ ਇੱਕ ਵੰਨਗੀ ਉਹਦੀ ਜ਼ਰੂਰ ਸੁਣਾਓ। ਕਿਆ ਬਾਤ ਆ ਉਸਤਾਦ ਜੀ, ਸੱਚਮੁੱਚ ਬਹੁਤ ਹੀ ਆਨੰਦ ਆਇਆ। ਅੱਛਾ, ਜਿਹੜਾ ਤੁਸੀਂ ਇਹ ਵਾਦਨ ਕੀਤਾ, ਇਹਨੂੰ ਕਹਿੰਦੇ ਕੀ ਆ? ਦੇਖੋ ਜੀ, ਰਾਗ ਮੁਲਤਾਨੀ ਹੈ। ਅੱਛਾ ਜੀ, ਰਾਗ ਮੁਲਤਾਨੀ ਦੇ ਵਿੱਚ ਗੁਰੂ ਜੀ ਅਕਸਰ ਵਜਾਉਂਦੇ ਹੁੰਦੇ ਸੀ, ਏ ਗੋਕਲ ਗਾਂ ਬਰਖਾ ਕੀ ਫੁਆ ਆਹਾ। ਕਿਆ ਬਾਤ, ਬਹੁਤ ਆਨੰਦ। ਪਹਿਲੀ ਵਾਰ ਜਦੋਂ ਤੁਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਕੀਰਤਨ ਕੀਤਾ, ਆਧੁਨਿਕ ਦੌਰ ਦੇ ਵਿੱਚ ਮੈਨੂੰ ਲੱਗਦਾ ਹੈ ਪਹਿਲੇ ਸੀ ਤੁਸੀਂ ਜਿਨ੍ਹਾਂ ਨੇ ਸਰੰਗੀ ਦੇ ਨਾਲ ਉੱਥੇ ਕੀਰਤਨ ਕੀਤਾ, ਕੀ ਮਹਿਸੂਸ ਕਰਦੇ ਹੋ? ਕਿਉਂਕਿ ਮੈਂ ਦਰਬਾਰ ਸਾਹਿਬ ਜੋ ਕੀਰਤਨ ਕੀਤਾ ਸ਼ੁਰੂ ਦੇ ਵਿੱਚ, ਉਹ ਮੈਂ ਤੌਸ ਦੇ ਨਾਲ ਕੀਰਤਨ ਕੀਤਾ ਸੀ ਜੀ। ਉਹਦਾ ਕਾਰਨ ਇਹ ਆ ਕਿ ਮੰਜੀ ਸਾਹਿਬ ਦੀਵਾਨ ਹਾਲ ਦੇ ਵਿੱਚ ਲਗਭਗ ਮੈਂ 8-10 ਸਾਲ ਬੜੇ ਬੜੇ ਭਾਈ ਬਲਵੀਰ ਸਿੰਘ ਜੀ, ਭਾਈ ਨਿਰਮਲ ਸਿੰਘ ਜੀ, ਡਾਕਟਰ ਗੁਰਨਾਮ ਸਿੰਘ ਜੀ, ਅੱਛੇ ਅੱਛੇ ਰਾਗੀ ਕੀਰਤਨੀਆਂ ਦੇ ਨਾਲ ਮੈਂ ਕੀਰਤਨ ਸੇਵਾ ਨਿਭਾਈ ਸਾਰੰਗੀ ਦੀ ਜੀ, ਰਾਗ ਦਰਬਾਰ। ਹਾਂਜੀ, ਰਾਗ ਦਰਬਾਰ ਦੇ ਵਿੱਚ ਉੱਥੇ ਜੋ ਦਰਬਾਰ ਸਾਹਿਬ ਦੇ ਵਿੱਚ ਮੈਂ ਕੀਰਤਨ ਕੀਤਾ, ਉਹ ਤੌਸ ਦੇ ਨਾਲ ਕੀਰਤਨ ਕੀਤਾ। ਭਾਈ ਸਾਹਿਬ, 33 ਸਾਜ਼ਾਂ ਦੇ ਨਾਲ ਜੋ ਤੁਸੀਂ ਦਰਬਾਰ ਸਾਹਿਬ ਦੇ ਅੰਦਰ ਗਾਇਨ ਕੀਤਾ ਗੁਰੂ ਰਾਮਦਾਸ ਜੀ ਦੇ ਚਰਨਾਂ ਦੇ ਵਿੱਚ ਬੈਠ ਕੇ, ਕਿਉਂਕਿ 33 ਸਾਜ਼ਾਂ ਦੇ ਵਿੱਚ ਹੀ ਤੁਹਾਨੂੰ ਮਹਾਰਤ ਹਾਸਲ ਹੈ, ਉਹ ਕਿਵੇਂ ਸਬੱਬ ਬਣਿਆ ਔਰ ਉਹ ਸਮੇਂ ਦੇ ਬਾਰੇ ਕੀ ਕਹਿਣਾ ਚਾਹੋਗੇ, ਕੀ ਮਨ ਦੀ ਅਵਸਥਾ ਸੀ? ਦੇਖੋ, ਮਨ ਦੀ ਅਵਸਥਾ ਤਾਂ ਜੋ ਉਸ ਵੇਲੇ ਉਸ ਦਰਬਾਰ ਦੇ ਵਿੱਚ, ਉਹ ਦਰਬਾਰ ਤਾਂ ਰੱਬੀ ਦਰਬਾਰ ਆ, ਉਸ ਜਗ੍ਹਾ ਦੇ ਵਿੱਚ ਆਮ ਬੰਦਾ ਤਾਂ ਬੈਠ ਹੀ ਨਹੀਂ ਸਕਦਾ ਜੀ, ਕਿਉਂਕਿ ਜੋ ਪਰੰਪਰਾਬੱਧ ਕੀਰਤਨ ਆ ਨਾ, ਉਹ ਪੁਰਾਤਨ ਜੋ ਮਿਰਾਸੀ ਲੋਕ ਸਨ, ਜੋ ਵੰਡ ਤੋਂ ਪਹਿਲੇ, ਵੰਡ ਤੋਂ ਬਾਅਦ ਉਹ ਜੋ ਲੋਕ ਉੱਧਰ ਚਲੇ ਗਏ, ਉਹ ਉਹਨਾਂ 33 ਸਾਜ਼ਾਂ ਨਾਲ ਹੀ ਕੀਰਤਨ ਕਰਦੇ ਸਨ। ਸਮਾਂ ਬਦਲਿਆ, ਲੋਕਾਂ ਨੇ ਇਹ ਜਿਹੜੇ ਤੌਸ ਆ, ਸਾਰੰਗੀ ਆ, ਦਿਲ ਰਬਾ, ਤਾਰਸ਼ਨ ਆਈ, ਇਹਨਾਂ ਸਾਜ਼ਾਂ ਨੂੰ ਤਾਂ ਇਗਨੋਰ ਕਰਤਾ, ਲੇਕਿਨ ਹਾਰਮੋਨੀਅਮ ਲੈ ਲਿਆ, ਕਿਉਂਕਿ ਬੜਾ
ਮੈਂ ਸੌਖਾ ਨਹੀਂ ਕਹਿ ਸਕਦਾ, ਹਾਰਮੋਨੀਅਮ ਵੀ ਸੌਖਾ ਨਹੀਂ ਹੈ, ਲੇਕਿਨ ਆਸਾਨ ਜ਼ਰੂਰ ਆ, ਕਿਉਂਕਿ ਸੁਰ ਦੀ ਸਾਧਨਾ ਉਸ ਤਰ੍ਹਾਂ ਨਹੀਂ ਕਰਨੀ ਪੈਂਦੀ ਜੋ ਇਹਨਾਂ ਸਾਜ਼ਾਂ ਦੇ ਉੱਤੇ ਮਨ ਮਾਰਨਾ ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਅੱਜ ਮੈਨੂੰ 30-32 ਸਾਲ ਦੀ ਸੇਵਾ ਕਰਦਿਆਂ ਨੂੰ ਹੋ ਗਏ, ਲੇਕਿਨ ਹਜੇ ਵੀ ਡਰ ਲੱਗਦਾ ਇਹਦੇ 'ਤੇ ਹੱਥ ਲਾਉਂਦਿਆਂ। ਵਾਹ ਵਾਹ ਵਾਹ। ਹਾਂਜੀ, ਸਿੱਖ ਪੰਥ ਦੇ ਵਿੱਚ ਏਡੇ ਅੱਛੇ ਅੱਛੇ ਗੁਣੀ ਲੋਕ ਆ, ਜੋ ਗੁਣੀ ਜਾਣ ਲੋਕ ਆ, ਜਿਨ੍ਹਾਂ ਨੇ ਸੁਰੰਗੀ ਸਾਜ਼ ਨੂੰ ਅਪਣਾਇਆ, ਕਿਉਂਕਿ ਇਹ ਸੁਰੰਗੀ ਜੋ ਸਾਜ਼ ਹੈ ਗੁਰੂ ਘਰ ਦਾ ਸਾਜ਼ ਹੈ। ਬਿਲਕੁਲ, ਜਿੱਥੇ ਸੁਰੰਦਾ ਔਰ ਤੌਸ ਦਿਲਰਬਾ ਗੁਰੂ ਘਰ ਦੇ ਸਾਜ਼ ਆ, ਸੁਰੰਗੀ ਵੀ ਗੁਰੂ ਘਰ ਦਾ ਸਾਜ਼ ਆ। ਭਾਈ ਸਾਹਿਬ, ਜਿਵੇਂ ਰਵਾਇਤ ਚੱਲੀ ਆ ਰਹੀ ਆ ਆਪ ਜੀ ਦੇ ਪਰਿਵਾਰ ਦੇ ਵਿੱਚ, ਤੁਹਾਡੇ ਪਿਤਾ ਜੀ ਵੀ ਇਸੇ ਖੇਤਰ ਦੇ ਸਨ, ਦਾਦਾ ਜੀ ਵੀ ਇਸੇ ਖੇਤਰ ਦੇ ਸਨ, ਤੁਸੀਂ ਵੀ ਇਹ ਸਾਜ਼ ਵਜਾਉਂਦੇ ਹੋ, ਹੁਣ ਤੁਹਾਡਾ ਬੇਟਾ ਵੀ ਅੱਗੇ ਇਹੀ ਸਾਜ਼ ਵਜਾ ਰਿਹਾ, ਔਰ ਕਿਵੇਂ ਤੁਹਾਡੇ ਨਾਲ ਉਸਤਾਦ ਦੀ ਸ਼ਾਗਿਰਦੀ ਉਹਨਾਂ ਦੀ ਰਹੀ ਹੈ ਅਤੇ ਅੱਜ ਕੱਲ੍ਹ ਉਹ ਕੀ ਕਰਦੇ ਆ? ਦੇਖੋ ਜੀ, ਬਚਪਨੇ ਤੋਂ ਹੀ ਮੇਰੇ ਗੋਦ ਵਿੱਚ ਹੀ ਖੇਡਿਆ ਜੀ, ਮੈਂ ਜਦੋਂ ਸੁਰੰਗੀ ਵਜਾਉਣੀ ਅਤੇ ਮੈਂ ਉਹਨੂੰ ਐਂ ਮੂਹਰੇ ਪਾ ਲੈਣਾ ਜੀ, ਮੈਂ ਇਸ ਤਰ੍ਹਾਂ ਕਰਕੇ ਸੁਰੰਗੀ ਵਜਾਈ ਜਾਣੀ, ਮੂਹਰੇ ਪੈਣੇ ਐਂ ਕਰਕੇ ਲੱਤਾਂ ਲਾਈ ਜਾਣੀਆਂ, ਸਾਜ਼ ਨਾਲ ਇੱਥੇ ਲੱਤਾਂ ਲਾ ਲੈਣੀਆਂ, ਉਹ ਬੈਠਾ ਸੁਣਦਾ ਰਹਿੰਦਾ। ਕੀ ਬਾਤ ਹੈ ਜੀ, ਜਿੰਨੀ ਦੇਰ ਮੈਂ ਸੁਰੰਗੀ ਵਜਾਈ ਜਾਣੀ। ਫਿਰ ਬਚਪਨੇ ਦੇ ਵਿੱਚ ਹੀ ਲਗਭਗ 7 ਸਾਲ ਦੀ ਉਮਰ ਦੇ ਵਿੱਚ ਮੈਂ ਸ਼ੁਰੂ ਕਰਵਾਤੀ ਸੀ ਸੁਰੰਗੀ ਉਹਨਾਂ ਨੂੰ, ਬੇਟੇ ਨੂੰ। ਕੋਈ ਘਟਨਾ ਇਸ ਤਰ੍ਹਾਂ ਦੀ ਹੋਈ ਕਿ ਉਸਨੇ ਫਿਰ ਸੁਰੰਗੀ ਚੱਕੀ ਦੁਆਰੇ, ਫਿਰ ਚੱਕੀ ਮਾਲਕ ਵਾਹਿਗੁਰੂ ਦੀ ਕਿਰਪਾ ਦੇ ਨਾਲ ਅੱਜ ਬੇਟਾ ਮੇਰਾ ਏ ਗ੍ਰੇਡ ਸੁਰੰਗੀ ਵਾਦਕਾ। ਕੀ ਬਾਤ ਹੈ। ਔਰ ਗੁਰੂ ਗ੍ਰੰਥ ਸਾਹਿਬ ਸੰਗੀਤ ਅਕੈਡਮੀ ਗੁਰੂ ਤੇਗ ਬਹਾਦਰ ਨਗਰ ਬੰਬੇ ਦੇ ਵਿੱਚ, ਉਹ ਅੱਜ ਬੇਟਾ ਤੰਤੀ ਸਾਜ਼ਾਂ ਦੀ ਸਿਖਲਾਈ, ਅਰਬਾਬ ਦੇ ਵਿੱਚ ਬੜੇ ਅੱਛੇ ਅੱਛੇ ਬੱਚੇ ਉਹਨਾਂ ਨੇ ਪੈਦਾ ਕੀਤੇ ਆ, ਸਰੰਦੇ ਦੇ ਵਿੱਚ ਔਰ ਵੋਕਲ ਦੇ ਵਿੱਚ, ਗਾਇਨ ਦੇ ਵਿੱਚ। ਬੇਟਾ ਆਲ ਇੰਡੀਆ ਰੇਡੀਓ ਸੰਗੀਤ ਸੰਮੇਲਨ ਦੇ ਵਿੱਚ ਭਾਗ ਲੈ ਚੁੱਕਿਆ, ਬੜੇ ਅੱਛੇ ਅੱਛੇ ਲੋਕਾਂ ਦੇ ਨਾਲ ਬੇਟੇ ਨੇ ਸੰਗਤ ਕੀਤੀ ਹੈ। ਨੈਸ਼ਨਲ ਪ੍ਰੋਗਰਾਮ ਜੋ ਦਿੱਲੀ ਤੋਂ ਚੱਲਦਾ ਪੂਰੇ ਹਿੰਦੁਸਤਾਨ ਦੇ ਵਿੱਚ ਸਾਰੇ ਰੇਡੀਓ ਸਟੇਸ਼ਨ ਤੋਂ ਇੱਕੋ ਸਮੇਂ, ਉਹਦੇ ਵਿੱਚ ਵੀ ਬੇਟੇ ਨੇ ਸ਼ਿਰਕਤ ਕੀਤੀ ਆ, ਵਜਾਇਆ ਉਹਦੇ ਵਿੱਚ। ਮੈਂ ਵੀ ਆਪਣੀ ਯੰਗ ਏਜ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਹਾਜ਼ਰੀ ਭਰੀ ਕੀਰਤਨ ਦੀ, ਔਰ ਇਸ ਤੋਂ ਇਲਾਵਾ ਮੈਂ 5 ਤਖਤਾਂ ਦੇ ਵਿੱਚ ਸ਼੍ਰੀ ਪਟਨਾ ਸਾਹਿਬ ਔਰ ਸਾਰੇ ਤਖਤਾਂ ਦੇ ਉੱਤੇ ਮੈਂ ਕੀਰਤਨ ਕੀਤਾ, ਔਰ ਸੁਰੰਗੀ ਦੇ ਨਾਲ ਕੀਰਤਨ ਕੀਤਾ। ਅਤੇ ਉਹ ਸਤਿਗੁਰੂ ਕਿਰਪਾ ਕਰਨ, ਇਸ ਤਰ੍ਹਾਂ ਹੀ ਤੁਹਾਡੀਆਂ ਦੁਆਵਾਂ ਦੇ ਨਾਲ ਬੱਚਾ ਅੱਗੇ ਵਧੇ। ਭਾਈ ਸਾਹਿਬ, ਸ਼ੁਰੂ ਦੇ ਵਿੱਚ ਤੁਸੀਂ ਜ਼ਿਕਰ ਕੀਤਾ ਸੀ ਕਿ ਇਸ ਨੂੰ ਸੌਰੰਗੀ ਕਿਹਾ ਜਾਂਦਾ ਜੀ, ਅਤੇ ਕਿਹੜੇ ਕਿਹੜੇ ਇਹਦੇ ਰੰਗ ਨੇ, ਜਰਾ ਸਾਨੂੰ ਵੀ ਇੱਕ ਰੰਗ ਦਿਖਾਓ। ਦੇਖੋ ਜੀ, ਇਹਦੇ ਵਿੱਚ ਰੰਗ ਤਾਂ ਬਹੁਤ ਆ, ਲੇਕਿਨ ਸਮਾਂ ਹੋਵੇ ਜੀ, ਸਮਾਂ ਹੋਵੇ ਤਾਂ ਮੈਂ ਤੁਹਾਨੂੰ ਪੂਰੇ ਲਗਭਗ ਹਰ ਸਟੇਟ ਦਾ ਰੰਗ ਦਿਖਾ ਸਕਦਾ। ਕੀ ਬਾਤ ਹੈ। ਹਾਂਜੀ, ਇਹਦੇ 'ਚ ਹਰਿਆਣਵੀ ਵੀ ਬੜਾ ਅੱਛਾ, ਰਾਜਸਥਾਨੀ, ਹਿਮਾਚਲੀ, ਪੰਜਾਬੀ, ਕੋਈ ਅੰਗ ਐਸਾ ਨਹੀਂ ਕਿ ਜੋ ਇਹਦੇ 'ਚ ਨਹੀਂ ਵੱਜਦਾ, ਲੇਕਿਨ ਇੱਕ ਛੋਟੀ ਜਿਹੀ ਵੰਨਗੀ ਫਿਰ ਵੀ ਮੈਂ ਆਪ ਜੀ ਨੂੰ ਜ਼ਰੂਰ ਪੇਸ਼ ਕਰਾਂਗਾ। ਵਾਹ ਜੀ ਵਾਹ, ਕਿਆ ਬਾਤ ਹੈ। ਸੱਚਮੁੱਚ ਜੇ ਇਹਨੂੰ ਸੌਰੰਗੀ ਕਿਹਾ ਜਾਂਦਾ ਹੈ, ਬਾਕੀ ਇਹਦੇ ਵੱਖੋ ਵੱਖਰੇ ਰੰਗ ਨੇ, ਵੱਖੋ ਵੱਖਰੇ ਰੰਗਾਂ ਦੇ ਨਾਲ ਇਹ
ਕਿੰਨਾ ਖੂਬਸੂਰਤ ਸਾਜ਼ਗਾਰ ਮਾਹੌਲ ਇਹ ਪੈਦਾ ਕਰਦੀ ਹੈ। ਅਸੀਂ ਗੁਰੂ ਸਾਹਿਬ ਅੱਗੇ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਤੁਹਾਡੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਸੇਵਾਵਾਂ ਲੈਂਦੇ ਰਹਿਣ। ਬਹੁਤ ਵੱਡੀ ਇਹ ਸੇਵਾ ਹੈ, ਸਿੱਖ ਪੰਥ ਦੀ ਵੀ ਤੁਸੀਂ ਸੇਵਾ ਕਰ ਰਹੇ ਹੋ, ਬਹੁਤ ਸਾਰੇ ਸ਼ਾਗਿਰਦ ਵੀ ਪੈਦਾ ਕਰਕੇ ਸਮਾਜ ਦੀ ਵੀ ਸੇਵਾ ਕਰ ਰਹੇ ਹੋ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਤੁਹਾਡਾ ਨਾਮ ਹੈ, ਔਰ ਭਵਿੱਖ ਦੇ ਵਿੱਚ ਵੀ ਇਸੇ ਤਰ੍ਹਾਂ ਤੁਸੀਂ ਸਿਹਤਯਾਬ ਰਹੋ ਔਰ ਕੌਮ ਦੀ, ਦੇਸ਼ ਦੀ, ਪੰਥ ਦੀ ਸੇਵਾ ਕਰਦੇ ਰਹੋ। ਬਹੁਤ ਧੰਨਵਾਦ ਜੀ ਸਰ ਦੇ ਦੁਆਵਾਂ ਕਰਨ ਦੇ ਲਈ, ਔਰ ਮੈਂ ਆਪ ਜੀ ਦੇ ਇਸ ਚੈਨਲ ਦੇ PTC ਪੰਜਾਬੀ ਦੇ ਜ਼ਰੀਏ ਮੈਂ ਵੀ ਅਰਦਾਸ ਕਰਦਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੋ ਮੈਂ ਪ੍ਰਯਾਸ ਕਰ ਰਿਹਾ, ਸਾਧ ਸੰਗਤ ਪੂਰੀ ਸਮੁੱਚੀ ਸਾਧ ਸੰਗਤ ਔਰ ਸਿੱਖ ਪੰਥ ਦੇ ਵਿੱਚ ਜੋ ਸਾਨੂੰ ਸਾਡੇ ਇਹ ਵਿੱਦਿਆ ਦਾ ਦਾਨ ਜੋ ਝੋਲੀ 'ਚ ਪਾਇਆ, ਅਸੀਂ ਅੱਗੇ ਵੰਡ ਅੱਗੇ ਹੋਰ ਇਸ ਨੂੰ ਵਿਕਸਿਤ ਕਰੀਏ, ਵੰਡੀਏ ਇਸ ਨੂੰ, ਔਰ ਸਿੱਖ ਪੰਥ ਦੇ ਵਿੱਚ ਜੋ ਬੱਚੇ ਇਸ ਵੇਲੇ ਕੰਮ ਕਰ ਰਹੇ ਆ ਉਹਨਾਂ ਨੂੰ ਵੀ ਸਤਿਗੁਰ ਹੋਰ ਬੁਲੰਦੀਆਂ ਦੇਵੇ। ਔਰ PTC ਚੈਨਲ ਦਾ ਇਸ ਕਰਕੇ ਧੰਨਵਾਦ ਆ ਕਿਉਂਕਿ ਇਹਨਾਂ ਨੇ ਸਿੱਖ ਸੰਗਤ ਦੇ ਵਿੱਚ ਸਾਨੂੰ ਰੂਬਰੂ ਕਰਨ ਦਾ ਮੌਕਾ ਦਿੱਤਾ, ਰੂਬਰੂ ਹੋਣ ਦਾ ਮੌਕਾ ਦਿੱਤਾ, ਔਰ ਜੋ ਸਾਡੇ ਕੋਲ ਸਾਡੀ ਝੋਲੀ ਦੇ ਵਿੱਚ ਸਤਿਗੁਰੂ ਜੀ ਨੇ ਦਾਤ ਪਾਈ ਆ ਉਸ ਨੂੰ ਅਸੀਂ ਲੋਕਾਂ ਦੇ ਸਾਹਮਣੇ, ਸਰੋਤਿਆਂ ਦੇ ਸਾਹਮਣੇ, ਸੰਗੀਤ ਪ੍ਰੇਮੀਆਂ ਦੇ ਸਾਹਮਣੇ ਪੇਸ਼ ਕਰ ਸਕੀਏ, ਔਰ ਪੇਸ਼ ਕੀਤਾ ਜੋ ਵੀ ਹੈ, ਔਰ ਇਸ ਚੈਨਲ ਦੇ ਰਾਹੀਂ ਜੋ ਪ੍ਰਯਾਸ ਕੀਤਾ ਉਹਦੇ ਲਈ ਮੈਂ ਆਪ ਜੀ ਦਾ ਵੀ ਬਹੁਤ ਧੰਨਵਾਦ ਹਾਂ, ਔਰ ਤੁਹਾਡੇ ਚੈਨਲ ਦਾ ਵੀ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕੋਸ਼ਿਸ਼ ਕਰਕੇ ਦਾਸ ਨੂੰ ਮੌਕਾ ਦਿੱਤਾ। ਸੋ ਸਤਿ ਸੰਗਤ ਜੀ, ਇਹਨੇ ਉਸਤਾਦ ਸ਼ਮਿੰਦਰਪਾਲ ਸਿੰਘ ਜੀ, ਵਿਸ਼ਵ ਦੇ ਵਿੱਚ ਜਦੋਂ ਵੀ ਸਾਰੰਗੀ ਦੀ ਗੱਲ ਹੁੰਦੀ ਹੈ, ਤੰਤੀ ਸਾਜ਼ਾਂ ਨੂੰ ਸਿਖਾਉਣ ਦੀ ਗੱਲ ਹੁੰਦੀ ਹੈ, ਅਤੇ ਇਹਨਾਂ ਦਾ ਨਾਮ ਪਹਿਲੇ ਨੰਬਰ 'ਤੇ ਆਉਂਦਾ। ਬਹੁਤ ਸਾਰੇ ਸਿੱਖਿਆਰਥੀ ਵਿਦਿਆਰਥੀ ਇਹਨਾਂ ਨੇ ਪੈਦਾ ਕੀਤੇ ਨੇ ਤੰਤੀ ਸਾਜ਼ਾਂ ਦੇ, ਸਰੰਗੀ ਦੇ, ਤਾਉਸ ਦੇ, ਦਿਲਰੁਬਾ ਦੇ, ਔਰ ਅਸੀਂ ਅਕਾਲ ਪੁਰਖ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਇਸੇ ਤਰ੍ਹਾਂ ਇਹਨਾਂ ਦੇ ਸਿਰ ਦੇ ਉੱਪਰ ਮਿਹਰ ਭਰਿਆ ਹੱਥ ਰੱਖ ਕੇ ਇਹਨਾਂ ਦੇ ਕੋਲੋਂ ਇਹ ਸੇਵਾਵਾਂ ਲੈਂਦੇ ਰਹਿਣ। ਅਗਲੇ ਵਿਸ਼ੇਸ਼ ਪ੍ਰੋਗਰਾਮ ਅਨਮੋਲ ਰਤਨ ਦੇ ਵਿੱਚ ਕਿਸੇ ਅਜਿਹੀ ਹੀ ਪਿਆਰੀ ਜਿਹੀ ਸ਼ਖਸੀਅਤ ਨੂੰ ਲੈ ਕੇ ਆਪ ਜੀ ਦੇ ਰੂਬਰੂ ਹੋਵਾਂਗੇ। ਉਦੋਂ ਤੱਕ ਦੇ ਲਈ ਸਾਨੂੰ ਦਿਓ ਜੀ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।